ਨੈਸ਼ਨਲ ਹਾਈਵੇ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਚਲਾਏ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਖਾਸ ਤੌਰ 'ਤੇ ਅੱਜ ਨੈਸ਼ਨਲ ਹਾਈਵੇ ਆਫ ਇੰਡੀਆ ਦੇ ਚੇਅਰਮੈਨ NN ਸਕਸੈਨਾ ਵਿਸ਼ੇਸ਼ ਤੌਰ 'ਤੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ। ਉਹਨਾਂ ਨੇ ਇਸ ਮੌਕੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਵੱਲ ਨੂੰ ਜਾਣ ਵਾਲੀ ਸੜਕ ਦਾ ਮੁਆਇਨਾ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਸਕਸੈਨਾ ਨੇ ਕਿਹਾ ਹੈ ਕਿ ਨੈਸ਼ਨਲ ਹਾਈਵੇ ਵੱਲੋਂ ਲਗਭਗ 90% ਕੰਮ ਖਤਮ ਕਰ ਦਿੱਤਾ ਗਿਆ ਹੈ ਅਤੇ ਬਾਕੀ ਦਾ ਰਹਿੰਦਾ ਕੰਮ ਵੀ 10-15 ਦਿਨਾਂ ਦੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਇਸ ਮੌਕੇ ਇਹ ਵੀ ਸਪਸ਼ਟ ਕੀਤਾ ਕਿ ਹਾਲਾਂਕਿ ਕੰਮ ਨੂੰ ਸ਼ੁਰੂਆਤ ਕਰਨ ਵੇਲੇ ਕਾਫ਼ੀ ਦੇਰੀ ਹੋਈ ਸੀ ਪਰ ਇਸਦੇ ਬਾਵਜੂਦ ਉਹਨਾਂ ਦੀ ਟੀਮ ਨੇ ਚੰਗਾ ਕੰਮ ਕੀਤਾ ਹੈ ਅਤੇ ਸਮੇਂ ਸਿਰ ਕੰਮ ਮੁਕੰਮਲ ਹੋ ਰਿਹਾ ਹੈ। ਇਤਨਾ ਬੜਾ ਟਾਸਕ ਥਾ ਜੋ ਡੇਟ ਦੀ ਗਈ ਹੈ ਤਬ ਤੱਕ ਹੋ ਜਾਏਗਾ ਪੂਰਾ? ਦੇਖੀਏ ਅਭੀ ਲਗਭਗ ਅਗਰ ਆਪ ਪਰਸੈਂਟੇਜ ਟਰਮਸ ਪੇ ਪੂਛੇ ਤੋ ਲਗਭਗ 90% ਕਾਮ ਹੋ ਚੁੱਕਾ, 10% ਕਾਮ ਬਚਾ ਹੋ ਵੀ ਫਿਨਿਸ਼ਿੰਗ ਕਾ ਕਾਮ ਹੈ। ਜੈਸੇ ਮੈਂ ਦੇਖ ਰਹਾ ਹੂੰ ਕਿ ਮਿਲੀਅਨ ਲਗਭਗ ਇਹਨਾਂ ਨੇ ਪੂਰਾ ਕਰ ਦਿਆ, ਪਲਾਂਟੇਸ਼ਨ ਸਮੇਂ ਕਰਨਾ ਹੈ, ਫੁੱਟਪਾਥ ਲਗਭਗ 500 meters 600 meters ਔਰ ਕਰਨਾ ਹੈ। ਇਹ ਜੋ ਅਪਰੋਚਿਸ ਹੈ ਅਪਰੋਚਿਸ ਮੈਂ DBM ਔਰ BC ਕਾ ਕਾਮ ਕਰਨਾ ਹੈ, ਥੋੜ੍ਹਾ ਜੋ ਪੁਲ ਬਣਾ ਹੈ ਪੁਲ ਪੇ ਜੋ ਵੇਅਰਿੰਗ ਕੋਟ ਹੋਤੀ ਹੈ ਵੋ ਕਰਨੀ ਹੈ, ਪਲਸ ਜੋ ਪੇਂਟਿੰਗ ਫਿਨਿਸ਼ਿੰਗ ਕਾ ਕਾਮ ਕਰਨਾ ਹੈ। ਤੋ ਇਹ 15-20 ਦਿਨ ਕਾ ਕਾਮ ਹੋਣਾ ਚਾਹੀਏ ਔਰ ਅਭੀ ਹਮ ਲੋਗ ਰਿਵਿਊ ਕਰੇਂਗੇ, ਰਿਵਿਊ ਮੈਂ ਦੇਖਤੇ ਹੈ ਕਿਤਨਾ ਇਹਨੋਨੇ ਰਿਸੋਰਸਿਸ ਲਗਾਇਆ ਹੈ ਔਰ ਕਿਤਨਾ ਔਰ ਲਗਾਉਣਾ ਹੈ ਜਿਸਸੇ ਕਿ ਹਮ ਇਸਕੋ ਬਿਲਕੁਲ ਜੋ ਹਮਨੇ ਆਪਣੇ ਲਈ ਟਾਰਗੇਟ ਰੱਖਾ ਉਸ ਸਮੇਂ ਤੱਕ ਇਸਕੋ ਪੂਰਾ ਕਰ ਸਕੇ। ਇਹ ਆਪਣੇ ਬਿਲਕੁਲ ਸਹੀ ਕਿਹਾ ਕਿ जो हमें समय मिला और उसके बाद जो नेचुरल कंडीशंस थी, रेन्स अच्छी खासी हुई और फिर प्लस बीच में एग्रीगेट्स की इश्यूज होने लगी, कई जगह पे ट्री कटिंग परमिशंस मिलने में डिले हुए, तो उसके बावजूद हमारे कॉन्ट्रैक्टर्स और हमारे इंजीनियर्स सब ने मिल के काम किया है और जो ये पूरे कॉरिडोर के लिए कनेक्टिविटी देने का जो काम इन्होंने किया है बहुत अच्छा है, बहुत ही प्रशंसनीय है। ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।